जी एक बार फिर तुम सब नू जी आया नू और आज असी इसलिए खुशबख्त हाँ कि साडे इस प्रोग्राम दे विच नाता और अरफाना कलाम जिहड़ा उहनू शामिल किया जा रहा है और मैनू यकीन है कि तुहानू भी बहुत चंगा लग रहा होगा। पाकिस्तान टैलीविजन नैशनल लाहौर सेंटर प्रोग्राम का नाम साढ़े नाल और इस वेले साडे नाल पुराने कुछ नवे आ गए ने ते महम भट्टे असी मैं तो वो पुराने ही हां मैं समझी तुसी मैनू भुल गए हो। चलो शुक्र है रियाज साहब ने मैनू याद रखिया ते जिवें रियाज साहब कह रहे ने कि नात ते अरफाना कलाम ਸਾਡੇ ਨਾਲ ਨਾਲ ਨੇ ਇਸ ਪ੍ਰੋਗਰਾਮ 'ਚ। ਰਿਆ ਸਾਹਿਬ ਬਹੁਤਾ ਵੇਲਾ ਨਾ ਲੈਂਦੇ ਹੋਏ ਆਪਣੇ ਪ੍ਰਾਹੁਣਿਆਂ ਦਾ ਤਾਰੁਫ ਕਰਵਾਉਂਦੇ ਹਾਂ ਆਪਣੇ ਪਿਆਰੇ ਪਿਆਰੇ ਵੇਖਣ ਵਾਲਿਆਂ ਨੂੰ। ਜੀ ਸਾਡੇ ਨਾਲ ਜਿਹੜੇ ਸਾਡੇ ਪਹਿਲੇ ਮਹਿਮਾਨ ਨੇ ਪਹਿਲੇ ਵੀ ਇਸ ਪ੍ਰੋਗਰਾਮ 'ਚ ਆ ਚੁੱਕੇ ਨੇ ਔਰ ਬਹੁਤ ਖੂਬਸੂਰਤ ਮਾਸ਼ਾਅੱਲਾ ਅੱਲਾਹ ਤਾਲਾ ਨੇ ਇਹਨਾਂ ਨੂੰ ਲਹਿਣ ਦਿੱਤਾ। ਗੁਜਰਾਤ ਤੋਂ ਖਾਸ ਤੌਰ 'ਤੇ ਸਾਡੇ ਇਸ ਪ੍ਰੋਗਰਾਮ 'ਚ ਸ਼ਾਮਿਲ ਹੋਣ ਵਾਸਤੇ ਆਉਂਦੇ ਨੇ ਸੈਯਦ ਮੁਹੰਮਦ ਅਮੀਨ ਸ਼ਾਹ, ਇਹਨਾਂ ਦਾ ਨਾਮ ਹੀ। ਅਸਲਾਮ ਅਲੈਕੁਮ ਸ਼ਾਹ ਜੀ। ਬਹੁਤ ਸਾਰਾ ਸ਼ੁਕਰੀਆ ਤੁਹਾਡਾ ਇਸ ਪ੍ਰੋਗਰਾਮ 'ਚ ਆਉਣ ਦਾ ਅਤੇ ਸਾਡੇ ਨਾਲ ਇੱਕ ਹੋਰ ਬੱਚੀ ਹੈ ਜਿਹੜੀ ਕਿ ਜ਼ਾਹਿਰ ਹੈ ਅੱਛੀ ਨਾਤ ਔਰ ਅੱਛਾ ਅਰਫਾਨਾ ਕਲਾਮ ਪੜ੍ਹਦੀ ਹੈ। ਮੈਂ ਪਹਿਲੀ ਵਾਰੀ ਅੱਜ ਇਹਨਾਂ ਨੂੰ ਸੁਣਨਾ, ਮਾਹਾਂ ਇਹਨਾਂ ਨੂੰ ਪਹਿਲੇ ਸੁਣ ਚੁੱਕੇ ਨੇ, ਲੇਕਿਨ ਮੈਂ ਤੁਹਾਡੇ ਤੱਕ ਪੜ੍ਹਾਵਾਂਗਾ ਅਤੇ ਪਤਾ ਲੱਗੇਗਾ ਜਦੋਂ ਅੱਜ ਅਸੀਂ ਇਹਨਾਂ ਨੂੰ ਸੁਣਾਂਗੇ ਲੱਗਦਾ ਹੈ ਕਿ ਚੰਗਾ ਪੜ੍ਹਦੇ ਨੇ। ਇਹਨਾਂ ਦਾ ਨਾਮ ਹੈ ਸਾਜਦਾ ਮੁਨੀਰ। ਅਸਲਾਮ ਅਲੈਕੁਮ। ਵਾਲੇਕੁਮ ਅਸਲਾਮ। ਤੁਹਾਡਾ ਵੀ ਬਹੁਤ ਸਾਰਾ ਸ਼ੁਕਰੀਆ ਇਸ ਪ੍ਰੋਗਰਾਮ 'ਚ ਆਉਣ ਦਾ। ਅੱਛਾ ਸ਼ਾਹ ਜੀ, ਨਾਤ ਦਾ ਸਿਲਸਿਲਾ ਤਾਂ ਜ਼ਾਹਿਰ ਹੈ ਚੱਲ ਰਿਹਾ ਹੈ ਔਰ ਮੈਂ ਕਹਿੰਦਾ ਹੁੰਦਾ ਕਿ ਸਦੀਆਂ ਤੋਂ ਚੱਲ ਰਿਹਾ ਔਰ ਇਸੇ ਤਰ੍ਹਾਂ ਹੀ ਚੱਲਦਾ ਰਹੇਗਾ। ਤੁਹਾਨੂੰ ਕਦੋਂ ਖਿਆਲ ਆਇਆ ਕਿ ਮੈਂ ਨਾਤ ਵੱਲ ਰਗਬਤ ਕਦੋਂ ਹੋਈ ਤੁਹਾਡੀ? ਮੈਂ ਬਚਪਨ ਤੋਂ ਸ਼ੌਕ ਰੱਖਦਾ ਸੀ ਬਹੁਤ ਜ਼ਿਆਦਾ, ਔਰ ਇਹਦੇ 'ਚ ਮੈਂ ਸਮਝਦਾ ਕਿ ਮੇਰਾ ਜ਼ਿਆਦਾ ਮੇਰੇ 'ਤੇ ਮਿਹਨਤ ਮੇਰੀ ਵਾਲਦਾ ਦੀ ਹੈ ਮਾਸ਼ਾਅੱਲਾ, ਔਰ ਦਰੂਦ ਸ਼ਰੀਫ ਉਹ ਖੁਦ ਘਰ ਵਿੱਚ ਮਾਸ਼ਾਅੱਲਾ ਖੁਦ ਉਹ ਨਾਤ ਖਾਨ ਨੇ ਪੜ੍ਹਦੇ ਨੇ। ਮੈਨੂੰ ਬਚਪਨ ਦੇ ਉੱਤੋਂ ਬਹੁਤ ਜ਼ਿਆਦਾ ਇਸ ਚੀਜ਼ ਦਾ ਦਰੂਦ ਸ਼ਰੀਫ ਥੋੜ੍ਹਾ ਉਹਨਾਂ ਕੰਨ ਵਿੱਚ ਮੇਰੇ ਪੜ੍ਹਨਾ ਸੁਣਾਉਣਾ ਅਤੇ ਇੱਕ ਇਸ ਤਰ੍ਹਾਂ ਦਿਲ ਦੇ ਅੰਦਰ ਇੱਕ ਲਹਿਰ ਜੀ ਉੱਠਦੀ ਸੀ ਕਿ ਤੁਸੀਂ ਇਹ ਦੁਬਾਰਾ ਮੈਨੂੰ ਸੁਣਾਓ। ਮੈਨੂੰ ਇਸ ਤਰ੍ਹਾਂ ਨਾਲ ਮੇਰੇ ਦਿਲ ਦੇ ਉੱਤੇ ਅਸਰ ਹੁੰਦਾ ਇਹਦਾ ਸੁਣਨ 'ਤੇ। ਆਹਿਸਤਾ ਆਹਿਸਤਾ ਫਿਰ ਸਕੂਲ ਦੇ ਮੁਕਾਬਲਿਆਂ ਵਿੱਚ ਵੀ ਇਸ ਚੀਜ਼ ਨੂੰ ਮੇਰਾ ਉਂਝ ਵੀ ਸ਼ਾਹ ਜੀ ਮਾਂ ਪਹਿਲੀ ਦਰਸਗਾਹ ਅਤੇ ਤੁਹਾਡੇ ਵਾਸਤੇ ਡਬਲ ਦਰਸਗਾਹ ਹੋ ਗਏ ਕਿ ਤੁਹਾਡੀ ਤਰਬੀਅਤ ਵੀ ਨਾਲ ਨਾਲ ਜਿਹੜਾ ਇਹ ਨਾਥ ਦੇ ਵੱਲ ਵੀ ਤੁਹਾਨੂੰ ਲੈ ਕੇ ਜਾਂਦੇ ਰਹੇ ਸਾਜਦਾ। ਤੁਸੀਂ ਦੱਸੋ ਤੁਹਾਡਾ ਇਹ ਕੈਰੀਅਰ ਦਾ ਆਗਾਜ਼, ਬਲਕਿ ਮੈਂ ਕਹਿੰਦੀ ਖੁਸ਼ਕਿਸਮਤੀ ਤੁਹਾਡੀ ਕਿ ਤੁਸੀਂ ਨਾਥ ਪੜ੍ਹਦੇ ਹੋ, ਇਹ ਕਦੋਂ ਸਿਲਸਿਲਾ ਜਾਰੀ ਹੋਇਆ? ਅਲਹਮਦੁਲਿਲਾ, ਨਾਥ ਪੜ੍ਹਨ ਦਾ ਸਿਲਸਿਲਾ ਤਾਂ ਬਚਪਨ ਤੋਂ ਹੀ ਹੈ, ਕਿਉਂਕਿ ਜਿਸ ਤਰ੍ਹਾਂ ਮਾਂ ਪਹਿਲੀ ਗੋਦ ਹੁੰਦੀ ਹੈ ਅਤੇ ਵਾਲਦਾ ਹੀ ਪੜ੍ਹਦੇ ਸਨ ਔਰ ਉਹਨਾਂ ਨੂੰ ਦੇਖ ਦੇਖ ਕੇ ਫਿਰ ਸਿੱਖਿਆ ਔਰ ਉਹਨਾਂ ਕੋਲੋਂ ਕਾਫੀ ਗਾਈਡੈਂਸ ਵੀ ਲਈ ਅਤੇ ਅਲਹਮਦੁਲਿਲਾ ਕੰਟੀਨਿਊ ਹੈ ਔਰ ਅੱਗੇ ਵੀ ਕੋਸ਼ਿਸ਼ ਹੈ ਕਿ ਇਨਸ਼ਾਅੱਲਾ ਜਾਰੀ ਸਾਰੀ ਰਹੇਗੀ। ਇਨਸ਼ਾਅੱਲਾ ਤੁਹਾਡਾ ਬਚਪਨ ਤੇ ਹਾਲੇ ਵੀ ਚੱਲ ਰਿਹਾ, ਪਰ ਤੁਸੀਂ ਸਕੂਲ ਲਾਈਫ 'ਚ ਸਟਾਰਟ ਕਰ ਲਿਆ ਸੀ ਕਿ ਉਸ ਤੋਂ ਬਾਅਦ ਸਕੂਲ ਲਾਈਫ 'ਚ ਗਾਲਿਬਨ ਮੈਨੂੰ ਯਾਦ ਹੈ ਪ੍ਰੈਪ ਕਲਾਸ ਦੇ ਵਿੱਚ ਮੈਂ ਫਸਟ ਕਲਾਮ ਪੜ੍ਹਿਆ ਸੀ ਅਤੇ ਉਦੋਂ ਕਾਫੀ ਉਸਤਾਦ ਜ਼ਾਕਰ ਆਮ ਨੇ ਕਾਫੀ ਅਪਰੀਸ਼ੀਏਟ ਕੀਤਾ, ਬਲਕਿ ਪਰੇਸ਼ਾਨ ਵੀ ਹੋਏ ਹੋਣੇ ਨੇ ਕਿ ਨਿਕਲ ਦੇ ਬਾਹਰ ਇਹ ਕਿਸ ਨਾਲ ਪੜ੍ਹ ਲੈਂਦਾ। ਅੱਛਾ ਜੀ, ਤੁਹਾਡਾ ਵੀ ਕਿਉਂਕਿ ਬਚਪਨ ਤੋਂ ਸਿਲਸਿਲਾ ਜਾਰੀ ਹੈ ਔਰ ਤੁਹਾਡੇ ਨਾਲ ਮਾਂ ਜੀ ਦੀਆਂ ਜ਼ਾਹਿਰ ਹੈ ਦੁਆਵਾਂ ਵੀ ਸ਼ਾਮਿਲ ਨੇ ਔਰ ਉਹ ਘਰ ਦਾ ਪੀਰ ਜਿਹੜਾ ਨਾ ਜੀ ਉਹਦੀਆਂ ਦੁਆਵਾਂ ਜਿਹਦੇ ਨਾਲ ਰਲ ਜਾਣ, ਉਹ ਜ਼ਾਹਿਰ ਹੈ ਰੱਬ ਸੁਣੇ ਤਾਂ ਉਹਦੇ 'ਤੇ ਖਾਸ ਕਰਮ ਹੋ ਜਾਂਦਾ। ਤੁਹਾਡੇ ਕੋਲ ਕਲਾਮ ਹੈ ਮਿਲਾਜਪਾਲਾਂ ਦੇ ਲੜ ਲੱਗੇ ਮੇਰੇ ਤੋਂ ਗਮ ਭਰੇ ਰਹਿੰਦੇ ਔਰ ਮਾਂ ਦੀਆਂ ਦੁਆਵਾਂ ਵੀ ਜਦੋਂ ਨਾਲ ਸ਼ਾਮਿਲ ਹੋਣ ਤਾਂ ਯਕੀਨਨ ਗਮ ਭਰਾ ਰਹਿਣਗੇ। ਅਸੀਂ ਚਾਹੁੰਦੇ ਹਾਂ ਕਿ ਸਾਨੂੰ ਕਲਾਮ ਦਾ ਜ਼ਿਕਰ ਤੇ ਪੀਰ ਦਾ ਵੀ ਜ਼ਿਕਰ ਕਲਾਮ ਅਤਾ ਕਰੋ ਸਾਨੂੰ। ਮੈਂ ਲਜਪਾਲਾ ਦੇ ਲੜ ਲਗੀਆਂ ਮੇਰੇ ਤੋਂ ਗਮ ਪਰੇ ਰਹਿੰਦੇ। ਮੈਂ ਲਜਪਾਲਾ ਹਾਂ ਦਿਨੇ ਰਾਤੀ
हयाले सजन वसदा मेरे दीदे ठरे रहंदे मेरे दिल विच सजन वसदा मेरे दीदे ठरे और कदी भी लोड़ नहीं पैदी मैनू दर दर ते जावण दी कदी भी लोड़ नहीं पैदी मैनू दर दर मंगता मेरे पल्ले बरे रहंदे मैं लज पाला द मंगता मेरे पल्ले बरे रहंदे दुआ मंगे रुस जांदे ओ जींदे ही मरे रहंदे जीना दे पीर रुस जांदे ओ जींदे ही मरे रहंदे न्याज से दे रे जो बन के कसम रब दी खरे रे दे मेरी आसा उम्मीदा दे सदा सुभान अल्लाह बहुत सारा शुक्रिया शाह जी और साजिदा तुहाडे कोल बड़ा खूबसूरत सारे तुहाडे कोल कलाम ने जिहड़े तुसीं याद कीते होए ने जिन्हां तुसीं प्रैक्टिस कीती होई है लेकिन साडे कोल एक फरमाइश है कि पीर मीर अली शाह कोलड़वी उन्हां दा कलाम है अज सिख मित्रां दी वधेरी है क्यों दिलड़ी उदास कनेरी है इह सानूं सुनाओ जी मिसाल अज सिख मित्रा दी वधेरी क्यों दिलड़ी उदास घनेरी अज सिख मित्रा दी वधेरी दिल
ਸਗਨੇਰੀ ਲੂ ਲੂ ਵਿੱਚ ਸ਼ੌਕ ਚੰਗੇਰੀ ਅੱਜ ਨੈਣਾ ਲਾਇਆ ਕਿਉਂ ਜੜੀਆਂ ਸੁਬਹਾਨ ਅੱਲਾ ਸੂਰਤ ਨੂੰ ਮੈਂ ਜਾਣਾ ਖਾਂ ਕਿ ਜਾਣੇ ਜਹਾਨਾ ਖਾਂ ਸੱਚ ਆਖਾਂ ਤੇ ਰੱਬ ਦੀ ਮੈਂ ਸ਼ਾਨ ਤੋ ਸ਼ਾਨ ਸਭ ਬਣੀਆਂ ਸੁਬਹਾਨ ਅੱਲਾ ਮੁਖ ਚੰਦ ਬਦਲ ਮੱਥੇ ਚਮਕ ਦਿਲਾਟ ਨੂਰਾਨੀਏ ਕਾਲੀ ਜ਼ੁਲਫ ਤੇ ਅੱਖ ਮਸਤਾਨੀਏ ਮਖਮੂਰ ਅੱਖੀ ਸੁਬਹਾਨ ਅੱਲਾ ਅੱਜ ਸਿੱਖ ਮਿੱਤਰਾਂ ਦੀ ਵਧਰੀ ਅੱਜ ਸਿੱਖ ਮਿੱਤਰਾਂ ਸ਼ੌਕ ਚੰਗੇਰੀ ਅੱਜ ਨੈਣਾ ਲਾਇਆ ਕਿਉਂ ਜੜੀਆਂ ਸੁਭਾਸ਼ ਜੀ ਸਾਨੂੰ ਵੀ ਕਹਿਣਾ ਚਾਹੀਦਾ ਸੁਭਾਨ ਅੱਲਾ ਇਸ ਵਾਸਤੇ ਕਿ ਉਸ ਸੂਰਤ ਨੂੰ ਮੈਂ ਜਾਣ ਆਖਾਂ ਕਿ ਜਾਣੇ ਜਾਣ ਆਖਾਂ ਸੱਚ ਆਖਾਂ ਅਤੇ ਰੱਬ ਦੀ ਮੈਂ ਸ਼ਾਨ ਆਖਾਂ ਜਿਸ ਸ਼ਾਨ ਤੋਂ ਸ਼ਾਨਾਂ ਸਭ ਬਣੀਆਂ ਸੁਭਾਨ ਅੱਲਾ ਸੈਦ ਅਮੀਨ ਸ਼ਾਹ ਸਾਹਿਬ ਤੁਹਾਡਾ ਵੀ ਬਹੁਤ ਸਾਰਾ ਸ਼ੁਕਰੀਆ ਅਤੇ ਤੁਹਾਡੇ ਆਉਣ ਦਾ ਵੀ ਸਾਜਿਦਾ ਮੁਨੀਰ ਬਹੁਤ ਸਾਰਾ ਸ਼ੁਕਰੀਆ ਤੁਹਾਡੇ ਕੋਲ ਹਾਲੇ ਅਸੀਂ ਇੱਕ ਕਲਾਮ ਸੁਣਨਾ ਹੈ ਹਜ਼ਰਤ ਸੁਲਤਾਨ ਬਾਹੂ ਦਾ ਕਲਾਮ ਤੁਸੀਂ ਸਾਨੂੰ ਸੁਣਾਓਗੇ ਲੇਕਿਨ ਤੁਸੀਂ ਕਿਤੇ ਨਹੀਂ ਜਾਣਾ ਕਿਉਂਕਿ ਸ਼ਾਹ ਸਾਹਿਬ ਦੇ ਕਲਾਮ ਦੇ ਨਾਲ ਹੀ ਬ੍ਰੇਕ ਹੋ ਜਾਏਗੀ ਅਤੇ ਬ੍ਰੇਕ ਤੋਂ ਬਾਅਦ ਫਿਰ ਅਸੀਂ ਮੁੜ ਕੇ ਆਵਾਂਗੇ ਜੀ ਸ਼ਾਹ ਸਾਹਿਬ ਸਾਨੂੰ ਕਲਾਮ ਸੁਲਤਾਨ ਬਾਹੂ ਸੁਣਾਓ ਅਲੀ ਫੱਲਾ ਚੰਬੇ ਓ
Lying.